ਇਹਨੇ ਵੀ ਹੁਣ ਹੀ ਪੈਂਚਰ ਹੋਣਾ ਸੀ। ਆਹ ਤੇ ਰਿਹਾ ਇੱਕ ਬੰਦਾ। ਓਏ ਆ ਪੈਂਚਰ ਲਾ। ਭਾਜੀ ਲਾ ਦੇਣਾ। ਮਿੰਟ ਲਾ ਲਾ ਪੈਂਚਰ ਮੈਂ ਬਹਿਣਾ ਪਿੱਛੇ। ਐ ਚੈ ਛੇਤੀ ਲਾਈ। ਹੈਲੋ ਤੂੰ ਆਪਣੇ ਆਪ ਨੂੰ ਸਮਝਣਾ ਕੀ ਹੈ? ਤੂੰ ਐ ਅੱਠ ਦਵਾ ਲੜ ਚੁੱਕੀ ਹਫ਼ਤੇ ਚ, ਤੈਨੂੰ ਮੈਂ ਘੱਲਣਾ ਤਲਾਕ। ਘੱਲ ਵੇ ਸੌ ਬਿਸਮਿਲ੍ਲਾ। ਤੇਰੇ ਘਰ ਤਲਾਕ ਇੰਜ ਆਏਗੀ ਜਿਵੇਂ ਬਿੱਲ ਹੁੰਦਾ ਹੈ। ਅੱਛਾ ਪਿਓ ਦਾ ਨਾ ਕੱਲੀ ਜ਼ਰੂਰ ਹੈ। ਤੂੰ ਦਰਵਾਜ਼ੇ ਕੇ ਖਲੋ ਤਲਾਕ ਆਈ ਆ। ਆਹੋ ਖਲੋਤੀਆਂ ਦਰਵਾਜ਼ੇ। ਚੱਲ ਬਾਏ। ਭਾਜੀ। ਹਾਂਜੀ। ਬੀਵੀ ਨਾਲ ਲੜ ਰਹੇ ਹੋ? ਆਹੋ ਬੀਵੀ ਹੈ ਯਾਰ, ਹਫ਼ਤੇ ਚ ਅੱਠ ਦਫ਼ਾ ਲੜ ਪਈ ਹੈ, ਮੈਂ ਉਹਨੂੰ ਤਲਾਕ ਦੇ ਦਿੰਦੀ ਹਾਂ। ਬਾਈ ਅਗਰ ਬੀਵੀ ਅੱਠ ਦਫ਼ਾ ਲੜ ਪਵੇ ਨਾ ਤਾਂ ਉਹਨੂੰ ਬਦਲ ਨਹੀਂ ਲਈਦਾ। ਉਹ ਯਾਰ ਅੱਠ ਦਫ਼ਾ ਲੜ ਪਈ ਹਫ਼ਤੇ ਚ, ਮੇਰੇ ਕੋਲ ਨਹੀਂ ਗੁਜ਼ਾਰਾ ਹੁੰਦਾ। ਬਾਈ ਅਗਰ ਬੀਵੀ ਅੱਠ ਦਫ਼ਾ ਲੜ ਹੀ ਪਈ ਹੈ ਨਾ ਉਹਨੂੰ ਤਲਾਕ ਨਾ ਦਿਓ, ਇੰਜ ਕਰੋ ਨਾ ਔਖਾ ਸੌਖਾ ਹੋ ਕੇ ਗੁਜ਼ਾਰਾ ਕਰੀ ਜਾਓ। ਚਲੋ ਠੀਕ ਹੈ, ਤੂੰ ਪੈਂਚਰ ਲਾ। ਐ ਚੈ ਅੱਠ ਦਫ਼ਾ ਤੁਹਾਡਾ ਟਾਇਰ ਪੈਂਚਰ ਹੋ ਗਿਆ, ਤੁਹਾਡੀ ਟੂਬ ਹੀ ਨਵੀਂ ਪੈਣੀ ਹੈ। ਅੱਛਾ ਅੱਠ ਦਫ਼ਾ ਪੈਂਚਰ ਹੋ ਗਈ ਹੈ, ਉਹ ਤੂੰ ਲਾ ਪੈਂਚਰ। ਪੈਂਚਰ ਨਹੀਂ ਹੋਣ ਲੱਗਣਾ, ਬਿਹਤਰ ਆ ਜੀ ਟੂਬ ਹੀ ਬਦਲ ਲਓ। ਉਹ ਜਿਵੇਂ ਬੀਵੀ ਅੱਠ ਦਫ਼ਾ ਲੜੀ ਹੈ ਨਾ ਤੇ ਬੀਵੀ ਨਹੀਂ ਬਦਲੀ ਦੀ, ਐਵੇਂ ਟੂਬ ਅੱਠ ਦਫ਼ਾ ਪੈਂਚਰ ਹੋਈ ਹੈ ਨਾ ਤੇ ਟੂਬ ਨਹੀਂ ਬਦਲੀ ਦੀ, ਪੈਂਚਰ ਲਾਈਦਾ। ਇਹ ਵੀ ਮੈਂ ਜਿਵੇਂ ਬੀਵੀ ਨਾ ਔਖਾ ਸੌਖਾ ਹੋ ਕੇ ਗੁਜ਼ਾਰਾ ਕਰਨਾ, ਇਵੇਂ ਮੈਂ ਦਾ ਵੀ ਔਖਾ ਸੌਖਾ ਹੋ ਕੇ ਗੁਜ਼ਾਰਾ ਕਰ ਲਵਾਂਗਾ। ਤੂੰ ਪੈਂਚਰ ਲਾ।